ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ, ਆਪਾਂ ਯਾਤਰਾ ਕਰਦੇ ਕਰਦੇ ਅੱਜ ਪਹੁੰਚੇ ਹਾਂ ਗੁਰੂ ਸਾਹਿਬ ਦੇ, ਜਿਹੜਾ ਭਗਾਣੀ ਦੇ ਜੰਗ ਤੋਂ ਬਾਅਦ ਜਿਹੜਾ ਕੁਰੂਕਸ਼ੇਤਰ ਦਾ ਗੁਰੂ ਸਾਹਿਬ ਦਾ ਮਾਰਗ ਹੈ, ਤਾਂ ਉਸ ਤੋਂ ਬਾਅਦ ਆਪਾਂ ਪਹੁੰਚੇ ਹਾਂ ਜੀ ਅੱਜ ਪਿੰਡ ਖਿਜਰਾਬਾਦ। ਖਿਜਰਾਬਾਦ ਜੋ ਇੱਥੇ ਰੋਪੜ ਦੇ ਨੇੜੇ ਪੈਂਦਾ ਜੀ, ਔਰ ਚੰਡੀਗੜ੍ਹ ਤੋਂ 20-25 ਕਿਲੋਮੀਟਰ ਪੈਂਦਾ ਜੀ। ਇੱਥੇ ਗੁਰੂ ਸਾਹਿਬ ਦਾ ਚਰਨ ਛੋਹ ਸਥਾਨ ਹੈ ਜੀ। 2 ਵਾਰ ਗੁਰੂ ਮਹਾਰਾਜ ਇੱਥੇ ਆਇਆ ਜੀ, ਅਤੇ ਉਹਨਾਂ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ। ਉਹ ਇੱਕ ਔਰ ਇਤਿਹਾਸਿਕ ਪੱਖ ਦੇ ਵਿੱਚ ਜਿਹੜਾ ਬਹੁਤ ਵੱਡਾ, ਜਿਹੜਾ ਮੈਨੂੰ ਪਹਿਲਾਂ ਹੀ ਇੱਥੇ ਇਤਿਹਾਸ ਪੜ੍ਹਿਆ, ਔਰ ਮੈਂ ਕਾਫੀ ਇੱਕ ਵਾਰ ਮੈਂ ਨਾਮ ਸੁਣਿਆ ਸੀਗਾ, ਅਤੇ ਉਦੋਂ ਬਾਅਦ ਇਹ ਪਹਿਲੀ ਵਾਰ ਮੈਨੂੰ ਇਹ ਗੁਰੂ ਸਾਹਿਬ ਦਾ ਸਥਾਨ ਮਿਲਿਆ ਜੀ। ਜੇ ਗੁਰੂ ਸਾਹਿਬ ਦੇ ਜਿਹੜੇ 5ਵੇਂ ਪੁੱਤਰ, ਪਾਲਤ ਪੁੱਤਰ ਜਾਂ ਮਤਵੰਨਾ ਪੁੱਤਰ ਜਾਂ ਉਸ ਤਰੀਕੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਮਤਵੰਨਾ ਵੀ ਕਿਹਾ ਜਾਂਦਾ ਹੈ, ਜਾਂ ਪਾਲਤ ਪੁੱਤਰ ਜਾਂ ਪਾਲਣ ਪੋਸ਼ਣ ਗੁਰੂ ਸਾਹਿਬ ਦੇ ਰੂਪ ਦੇ ਵਿੱਚ ਜਿਹੜਾ ਸਾਹਿਬਜ਼ਾਦੇ ਬਰਾਬਰ ਦਾ ਕੀਤਾ ਗਿਆ ਸੀਗਾ, ਤਾਂ ਉਸੇ ਤਰੀਕੇ ਦੇ ਨਾਲ ਇਸ ਗੁਰਦੁਆਰਾ ਸਾਹਿਬ ਪਹੁੰਚੇ। ਅਤੇ ਵੀਡੀਓ ਨੂੰ ਪੂਰੀ ਦੇਖਣਾ, ਜਿਹੜਾ ਆਪਾਂ ਨੂੰ ਪੂਰਾ ਪਤਾ ਲੱਗ ਸਕੇ ਵੀ ਇਤਿਹਾਸ 'ਤੇ ਆਪਾਂ ਜਾਣੂ ਹੋ ਸਕੇ ਵੀ 5ਵਾਂ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦਾ, ਜ਼ੋਰਾਵਰ ਸਿੰਘ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਉਹ ਕੌਣ ਸੀ, ਕਿੱਥੋਂ ਕੀ ਉਹਨਾਂ ਨੇ ਜੰਗ ਲੜੇ, ਕੀ ਕੁਛ ਕੀਤਾ, ਪੂਰਾ ਆਪਾਂ ਉਹਦੇ ਬਾਰੇ ਤੁਹਾਨੂੰ ਦੱਸਾਂਗੇ। ਵੀਡੀਓ ਨੂੰ ਪੂਰਾ ਦੇਖਿਓ ਜੀ। ਇਹ ਸਥਾਨ ਹੈ ਜੀ ਬਾਬਾ ਜ਼ੋਰਾਵਰ ਸਿੰਘ, ਜੋ ਗੁਰੂ ਸਾਹਿਬ 10ਵੇਂ ਪਾਤਸ਼ਾਹ ਦੇ ਪਾਲਤ ਪੁੱਤਰ ਦੇ ਨਾਮ ਜਾਂ 5ਵੇਂ ਪੁੱਤਰ ਦੇ ਨਾਮ ਨਾਲ ਜਾਣੇ ਜਾਂਦੇ ਸਨ ਜੀ। ਇਹ ਜ਼ੋਰਾਵਰ ਸਿੰਘ ਬੱਸੀ ਪਠਾਣਾ ਤੋਂ ਨੱਥੂ ਰਾਮ ਲੋਟੇ, ਜੋ ਤਰਖਾਣ ਪਰਿਵਾਰ ਨਾਲ ਸੰਬੰਧ ਰੱਖਦੇ ਸੀਗੇ ਜੀ, ਅਤੇ ਉਹਨਾਂ ਦਾ ਪੁੱਤਰ ਸੀ ਮਾਤਾ ਸਪੀਖੀ ਜੀ, ਉਹਨਾਂ ਦੇ ਇਹ ਪੁੱਤਰ ਸਨ ਜੀ। ਅਤੇ ਉਹਨਾਂ ਦਾ ਮਿਲਾਪ ਜਿਹੜਾ ਅਨੰਦਪੁਰ ਸਾਹਿਬ ਵਿਖੇ ਹੋਇਆ ਸੀਗਾ ਜੀ। ਅਤੇ ਜਿਹੜਾ ਬਾਬਾ ਜ਼ੋਰਾਵਰ ਸਿੰਘ ਦਾ ਜਿਹੜਾ ਮੜੰਗਾ ਸੀਗਾ, ਮਹਾਂਦਰਾ ਸੀ, ਉਹ ਬਾਬਾ ਅਜੀਤ ਸਿੰਘ ਨਾਲ ਮਿਲਦਾ ਸੀਗਾ ਜੀ। ਨਹੀਂ ਸੋਰੀ, ਉਮਰ ਬਾਬਾ ਅਜੀਤ ਸਿੰਘ ਦੇ ਹਾਨ ਦੀ ਸੀ, ਔਰ ਜਿਹੜਾ ਮਹਾਂਦਰਾ ਸੀਗਾ ਬਾਬਾ ਜ਼ੋਰਾਵਰ ਸਿੰਘ ਦੇ ਨਾਲ ਮਿਲਦਾ ਸੀ। ਤਾਂ ਕੁਛ ਸਮੇਂ ਬਾਅਦ ਫਿਰ ਉਹਦੇ ਜਦੋਂ ਮਾਤਾ ਪਿਤਾ ਚੜ੍ਹਾਈ ਕਰਦੇ ਹਨ, ਉਸ ਤੋਂ ਬਾਅਦ ਉਹ ਗੁਰੂ ਸਾਹਿਬ ਕੋਲ ਪਹੁੰਚ ਜਾਂਦੇ ਹਨ ਜੀ। ਜਿਹੜਾ ਸ਼ਸਤਰ ਵਿੱਦਿਆ ਜਾਂ ਸਭ ਕੁਛ ਜੋ ਦੇਖ ਰੇਖ ਦੇ ਵਿੱਚ ਗੁਰੂ ਸਾਹਿਬ ਦੇ ਨਾਲ ਉਹ ਇੱਥੇ ਜਿਹੜਾ ਅਭਿਆਸ ਸਾਰਾ, ਜਿੰਨਾ ਸਾਹਿਬਜ਼ਾਦਿਆਂ ਨੂੰ ਸਿਖਾਇਆ ਜਾਂਦਾ ਬਾਬਾ ਅਜੀਤ ਸਿੰਘ ਦੇ ਉਮਰ ਦੇ ਸੀਗੇ, ਤਾਂ ਸਾਰਾ ਉਸੇ ਤਰੀਕੇ ਦੇ ਨਾਲ ਹੁੰਦਾ ਜੀ ਬਾਬਾ ਜ਼ੋਰਾਵਰ ਸਿੰਘ ਦਾ। ਗੁਰੂ ਸਾਹਿਬ ਦੀਆਂ ਜਿਹੜੀਆਂ ਜੰਗਾਂ ਹੁੰਦੀਆਂ ਉਹਦੇ ਵਿੱਚ ਅਭਿਆਸ ਜਿਹੜੇ ਹੁੰਦੇ ਨੇੜੇ ਤੇੜੇ ਪਹਾੜੀ ਰਾਜਿਆਂ ਵਿੱਚ, ਉਹਨਾਂ ਦੇ ਵਿੱਚ ਵੀ ਜੀ ਜ਼ਿਕਰ ਆਉਂਦਾ ਵੀ ਇਹਦਾ ਕਾਫੀ ਚੀਜ਼ਾਂ, ਉਹਦੇ ਵੀ ਤੁਹਾਨੂੰ ਬਾਅਦ 'ਚ ਦੱਸਾਂ ਕਿੱਥੇ ਕਿੱਥੇ ਲਿਖਿਆ ਉਹ ਚੀਜ਼ਾਂ। ਇਹੀ ਗੁਰੂ ਸਾਹਿਬ ਜਦੋਂ ਕਿਲ੍ਹਾ ਛੱਡਦੇ ਹਨ ਜੀ ਅਨੰਦਪੁਰ ਦਾ, ਉਦੋਂ ਫਿਰ ਜਦੋਂ ਰਸਤੇ ਦੇ ਵਿੱਚ ਇੱਕ ਟੱਕ ਜਿਹੜੀ ਜਿੱਥੇ ਭਾਈ ਪਚਿੱਤਰ ਸਿੰਘ ਜੀ ਜ਼ਖਮੀ ਹੁੰਦੇ ਹਨ, ਤਾਂ ਉਸ ਦੇ ਨਾਲ ਹੀ ਉਸੇ ਸਮੇਂ ਜਿਹੜਾ ਇਹ ਜ਼ਖਮੀ ਹੁੰਦੇ ਹਨ ਜੀ ਬਾਬਾ ਜ਼ੋਰਾਵਰ ਸਿੰਘ ਜੀ। ਜ਼ੋਰਾਵਰ ਸਿੰਘ ਜੀ ਉੱਥੇ ਜਦੋਂ ਜ਼ਖਮੀ ਹੁੰਦੇ ਹਨ ਤਾਂ ਭਾਈ ਪਚਿੱਤਰ ਸਿੰਘ ਜੀ ਨੂੰ ਤਾਂ ਲੈ ਕੇ ਆਇਆ ਜਾਂਦਾ ਜੀ ਕੋਟਲਾ ਨਿਹੰਗ ਦੇ ਘਰ। ਉੱਥੇ ਮਾਤਾ ਜਾਂ ਬੀਬੀ ਮੁਮਤਾਜ ਉਹਦੀ ਦੇਖ ਰੇਖ ਕਰਦੇ ਹਨ ਜੀ। ਇਹ ਹੈ ਜੀ ਉਹ ਬਾਬਾ ਜੀ ਤਪ ਸਥਾਨ, ਤੁਹਾਨੂੰ ਉਹਦੇ ਬਾਰੇ ਵੀ ਦੱਸਾਂਗੇ ਜੀ। ਇਹ ਤਪ ਸਥਾਨ ਹੈ ਬਾਬਾ ਜੀ ਦਾ, ਅਤੇ ਨਾਲ ਨਾਲ ਆਪਾਂ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ, ਨਾਲ ਨਾਲ ਗੱਲਾਂ ਕਰਦੇ ਰਹਾਂਗੇ, ਇਤਿਹਾਸ ਬਾਰੇ ਜਾਣ ਦੀ ਕਰੀ ਦਿੰਦੇ ਰਹਾਂਗੇ ਜੀ। ਤਾਂ ਉਸ ਤੋਂ ਬਾਅਦ ਕੀ ਹੁੰਦਾ, ਜਿਹੜਾ ਭਾਈ ਬਚਿੱਤਰ ਸਿੰਘ ਨੂੰ ਤਾਂ ਜਿਹੜੀ ਬੀਬੀ ਮੁਮਤਾਜ ਉਹਦੀ ਸੇਵਾ ਕਰਦੇ, ਉੱਥੇ ਸਰੀਰ ਛੱਡ ਦਿੰਦੇ ਹਨ ਭਾਈ ਬਚਿੱਤਰ ਸਿੰਘ ਜੀ। ਅਤੇ ਉਸ ਤੋਂ ਬਾਅਦ ਜਿਹੜਾ ਭਾਈ ਜਿਹੜਾ ਜ਼ੋਰਾਵਰ ਸਿੰਘ ਹੁੰਦਾ, ਇਸ ਨੂੰ ਭਾਈ ਜ਼ੋਰਾਵਰ ਸਿੰਘ ਨੂੰ ਹੁੰਦਾ ਜਿਹੜਾ ਬਾਬਾ ਜ਼ੋਰਾਵਰ ਸਿੰਘ ਹੈ ਜੀ, ਇਹਨਾਂ ਨੂੰ ਸਿੰਘ ਇਹਨਾਂ ਦੇ ਭੂਆ ਕੋਲ ਪਿੰਡ ਡਡਿਆਣੀ ਵੀ ਕਹਿ ਦਿੰਦੇ, ਮਤਲਬ ਭੂਪਾ ਮਾਤਾ ਭੂਪਾ ਜੀ, ਅਤੇ ਨਾਨਕੇ ਵੀ ਕਿਹਾ ਜਾਂਦਾ ਔਰ ਭੂਆ ਦਾ ਪਿੰਡ ਵੀ ਕਿਹਾ ਜਾਂਦਾ ਉੱਥੇ ਜੀ, ਸ਼ਾਇਦ ਦੋਨਾਂ 'ਚੋਂ ਇੱਕ ਹੈ ਜੀ। ਅਤੇ ਡਡਿਆਣੀ ਛੱਡਿਆ ਜਾਂਦਾ ਜੀ, ਉੱਥੇ ਫਿਰ ਮਾਤਾ ਭੂਪਾ ਜੀ 3 ਮਹੀਨੇ ਸੇਵਾ ਕਰਦੇ ਹਨ ਜੀ ਇਸ ਦੀ, ਅਤੇ ਜ਼ੋਰਾਵਰ ਸਿੰਘ ਜੀ ਠੀਕ ਹੋ ਜਾਂਦੇ ਹਨ ਜੀ। ਠੀਕ ਹੋਣ ਤੋਂ ਬਾਅਦ ਬਾਬਾ ਜ਼ੋਰਾਵਰ ਸਿੰਘ ਇੱਥੇ ਆਉਂਦੇ ਹਨ ਜੀ, ਔਰ ਤਪ ਸਥਾਨ ਦੇ ਉੱਤੇ ਕੁਛ ਠੀਕ ਕਰਦੇ ਹਨ, ਆਪਣੇ ਨਾਲ ਸਿੰਘਾਂ ਨੂੰ ਜੋੜਦੇ ਹਨ ਜੀ।
ਉਹ ਸਿੰਘ ਜੋੜ ਕੇ ਨਾਲ 500 ਦੇ ਕਰੀਬ ਚ ਗੁਰੂ ਸਾਹਿਬ ਇੰਨੇ ਸਮੇਂ ਦੇ ਵਿੱਚ ਖਦਰਾਣੇ ਦੀ ਜੰਗ ਹੋ ਜਾਂਦੀ ਹੈ ਮੁਕਤਸਰ ਸਾਹਿਬ ਵਾਲੀ ਤਾਂ ਉਦੋਂ ਬਾਅਦ ਇੰਨੇ ਸਮੇਂ ਦੇ ਵਿੱਚ ਗੁਰੂ ਸਾਹਿਬ ਦਮਦਮਾ ਸਾਹਿਬ ਪਹੁੰਚ ਜਾਂਦੇ ਆ ਜੀ ਦਮਦਮਾ ਸਾਹਿਬ ਪਹੁੰਚਦੇ ਆ ਜੀ ਉਤੋਂ ਇੱਥੇ ਬਾਬਾ ਜੋਰਾਵਰ ਸਿੰਘ 500 ਸਿੰਘਾਂ ਦੇ ਨਾਲ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਉੱਪਰ ਪਹੁੰਚਦੇ ਹਨ ਜੀ ਬਾਬਾ ਜੀ ਲੈ ਕੇ 500 ਸਿੰਘਾਂ ਨੂੰ ਉੱਥੇ ਦਰਸ਼ਨ ਮੇਲੇ ਹੁੰਦੇ ਹਨ ਔਰ ਇਹ ਤੁਸੀਂ ਦੇਖ ਸਕਦੇ ਹੋ ਜੀ ਬਾਬਾ ਦੇ ਚੋਲੇ ਬਾਬਾ ਜੋਰਾਵਰ ਸਿੰਘ ਜੀ ਅਤੇ ਜਿੱਦਾਂ ਹੀ ਗੁਰੂ ਦੇ ਲਾਲ ਚਾਰ ਸਾਹਿਬਜ਼ਾਦੇ ਪਹਿਨੇ ਕਰਦੇ ਸਨ ਜੀ ਉਸੇ ਤਰੀਕੇ ਦੇ ਨਾਲ ਬਾਬਾ ਜੀ ਦਾ ਪਾਲਣ ਪੋਸ਼ਣ ਉਸੇ ਤਰੀਕੇ ਨਾਲ ਹੁੰਦਾ ਸੀਗਾ ਜੀ ਇਹ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਚੋਲੇ ਬਾਬਾ ਜੀ ਦੇ ਜੋਰਾਵਰ ਸਿੰਘ ਜੀ ਦੇ ਇਸ ਥਾਂ ਤੇ ਪਏ ਹੋਏ ਹਨ ਜੀ ਇਹ ਹੈ ਜੀ ਇੱਕ ਜੁੱਤਾ ਪੁਰਾਣਾ ਬਹੁਤ ਜ਼ਿਆਦਾ ਜੀ ਇਹ ਦੇਖ ਸਕਦੇ ਹੋ ਵਸਤਰ ਵਗੈਰਾ ਸਾਰਾ ਸਮਾਨ ਜੁੱਤਾ ਬਹੁਤ ਹਾਲਤ ਤੁਸੀਂ ਦੇਖਦੇ ਹੋ ਬਹੁਤ ਪੁਰਾਤਨ ਜੀ ਸਦੀਆਂ ਹੋ ਗਈਆਂ ਇਹਨਾਂ ਚੀਜ਼ਾਂ ਨੂੰ ਇਹ ਵੇਖੋ ਜੀ ਬਾਟੇ ਵਗੈਰਾ ਉਸ ਸਮੇਂ ਜਦੋਂ ਤਪਸਥਾਨ ਸੀਗੇ ਤੇ ਉਦੋਂ ਦੇ ਇਹ ਡੋਲ ਵਗੈਰਾ ਬਾਟੇ ਤੇ ਪਏ ਹੋਏ ਹਨ ਜੀ ਪੁਸ਼ਾਕਾਂ ਬਿਲਕੁਲ ਸੇਮ ਡਰੈਸਾਂ ਹੁੰਦੀਆਂ ਸੀਗੀਆਂ ਜਿਵੇਂ ਪਹਿਨਦੇ ਸਨ ਜੀ ਸਾਹਿਬਜ਼ਾਦੇ ਉਸੇ ਤਰੀਕੇ ਦੇ ਨਾਲ ਚੋਲੇ ਲੰਮੇ ਉਸੇ ਤਰੀਕੇ ਦੇ ਪੁਰਾਤਨ ਬਾਬਾ ਜੋਰਾਵਰ ਸਿੰਘ ਜੀ ਦੇ ਇੱਥੇ ਹਨ ਜੀ ਦਰਸ਼ਨ ਮੇਲੇ ਕਰਕੇ ਜਦੋਂ ਪਤਾ ਲੱਗਦਾ ਹੈ ਕਿ ਜੋਰਾਵਰ ਸਿੰਘ ਉੱਥੋਂ ਆਇਆ ਹੈ ਸਾਰੀ ਕਹਾਣੀ ਪਤਾ ਲੱਗਦੀ ਹੈ ਵੀ ਜੋਰਾਵਰ ਸਿੰਘ ਨੂੰ ਉਦੋਂ ਕੋਈ ਸੰਚਾਰ ਸਾਧਨ ਨਹੀਂ ਸੀਗਾ ਉਦੋਂ ਪਤਾ ਲੱਗਿਆ ਵਿਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਹਨ ਤਾਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਪੰਜਵੇਂ ਪੁੱਤਰ ਜੋਰਾਵਰ ਸਿੰਘ ਨੂੰ ਜਦੋਂ ਆਪਣੀ ਛਾਤੀ ਨਾਲ ਲਾਉਂਦੇ ਹਨ ਤਾਂ ਜਿਹੜੀ ਸਾਹਮਣੇ ਬੈਠੀ ਸੰਗਤ ਹੈ ਜੀ ਉਹ ਸਾਰੀ ਦਾ ਮਨ ਭਿੱਜ ਜਾਂਦਾ ਹੈ ਜੀ ਉਸ ਤੋਂ ਬਾਅਦ ਗੁਰੂ ਸਾਹਿਬ ਦੇ ਨਾਲ ਜਿਹੜਾ ਅਗਲਾ ਜਿਹੜਾ ਜਾਲ ਨਦੌਣ ਉਸ ਤੋਂ ਬਾਅਦ ਜਦੋਂ ਦਮਦਮਾ ਸਾਹਿਬ ਤੋਂ ਗੁਰੂ ਸਾਹਿਬ ਅਬਚਲ ਨਗਰ ਨੰਦੇੜ ਲਈ ਜਾਂਦੇ ਹਨ ਤਾਂ ਨਾਲ ਇਹ ਜਿਹੜੇ 500 ਸਿੰਘ ਲੈ ਕੇ ਗਏ ਸੀ ਬਾਬਾ ਜੋਰਾਵਰ ਸਿੰਘ ਜੀ ਉੱਥੋਂ ਬਾਕੀ ਸਿੰਘ ਉੱਥੋਂ ਵਾਪਸ ਹੋ ਜਾਂਦੇ ਹਨ ਇੱਧਰ ਨੂੰ ਖਿਦਰਾਬਾਦ ਜੀ ਔਰ 50 ਸਿੰਘ ਨਾਲ ਲੈ ਕੇ ਬਾਬਾ ਜੀ ਦੇ ਨਾਲ ਚੱਲਦੇ ਹਨ ਜੀ ਗੁਰੂ ਗੋਬਿੰਦ ਸਿੰਘ ਦੇ ਨਾਲ ਮਥੁਰਾ ਤੱਕ ਸਾਈਡ 'ਤੇ ਹੁੰਦੇ ਹੋਏ ਮਥੁਰਾ ਇੱਕ ਵਾਰ ਗੁਰੂ ਸਾਹਿਬ ਨਾਲ ਮਿਲਾਪ ਹੁੰਦਾ ਜੀ ਫਿਰ ਉਸ ਤੋਂ ਬਾਅਦ ਚਿਤੌੜਗੜ੍ਹ ਦੇ ਨੇੜੇ ਜਾ ਕੇ ਗੁਰੂ ਸਾਹਿਬ ਦਾ ਬਘੌਰ ਸਾਹਿਬ ਦੇ ਉੱਥੇ ਇੱਕ ਕਿਲ੍ਹੇ ਦੇ ਵਿੱਚ ਦੇਖਣ ਦੇ ਲਈ ਜਾਂਦੇ ਹਨ ਜੀ ਅਤੇ ਕਿਲ੍ਹਾ ਦੇਖਣ ਤੋਂ ਜਿਹੜੇ ਮੌਕੇ 'ਤੇ ਜਿਹੜੇ ਸਿਪਾਹੀ ਹੁੰਦੇ ਹਨ ਅਤੇ ਉਹ ਰੋਕ ਦਿੰਦੇ ਹਨ ਉੱਥੇ ਜੰਗ ਹੁੰਦੀ ਹੈ ਜੀ ਅਤੇ ਉੱਥੇ ਬਾਬਾ ਜੋਰਾ ਸਿੰਘ ਜੀ ਸਰੀਰ ਤਿਆਗ ਦਿੰਦੇ ਹਨ ਉਹ ਸ਼ਹੀਦ ਹੋ ਜਾਂਦੇ ਹੁਣ ਜੀ ਉਸ ਜੰਗ ਦੇ ਦੌਰਾਨ ਅਤੇ ਉੱਥੇ ਗੁਰਦੁਆਰਾ ਸਾਹਿਬ ਵੀ ਹੈ ਜੀ ਉੱਥੇ ਆਪਾਂ ਜਾਂਦੇ ਰਸਤੇ ਦੇ ਵਿੱਚ ਆਪਾਂ ਇਸ ਅਗਲੇ ਰੂਟ ਦੇ ਵਿੱਚ ਹਜ਼ੂਰ ਸਾਹਿਬ ਜਾਵਾਂਗੇ ਉੱਥੇ ਆਪਾਂ ਪਹੁੰਚਾਂਗੇ ਅਤੇ ਉਹਦੇ ਵੀ ਦਰਸ਼ਨ ਕਰਾਵਾਂਗੇ ਫਿਰ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਆਪ ਖੁਦ ਆਪਣੇ ਹੱਥਾਂ ਨਾਲ ਬਾਬਾ ਜੋਰਾਵਰ ਸਿੰਘ ਦਾ ਸੰਸਕਾਰ ਕਰਦੇ ਹਨ ਜੀ ਅਤੇ ਇਹੀ ਜਿਹੜਾ ਇਤਿਹਾਸ ਹੈ ਜਿਹੜੀ ਤੁਹਾਨੂੰ ਮੈਂ ਪੜ੍ਹ ਕੇ 4-5 ਕਿਤਾਬਾਂ ਦੇ ਵਿੱਚ ਲਿਖਿਆ ਸ਼੍ਰੋਮਣੀ ਕਮੇਟੀ ਜਿਹੜੀ ਹੈਗੀ ਉਹਨਾਂ ਦੇ ਵੀ ਹੈਗੇ ਰਿਸਰਚ ਦੇ ਵਿੱਚ ਉਹ ਤਾਰਾ ਸਿੰਘ ਜੀ ਨਰੋਤਮ ਉਹਦੇ ਰਿਸਰਚ ਦੇ ਵਿੱਚ ਜਿਹੜਾ ਮਤਲਬ ਸਮੇਂ ਦੀ 150 ਸਾਲ ਪਹਿਲਾਂ ਬੁੱਕ ਲਿਖੀ ਹੈ ਸ਼੍ਰੀ ਗੁਰਦੁਆਰੇ ਦਰਸ਼ਨ ਉਹਦੇ ਵਿੱਚ ਵੀ ਇਹ ਚੀਜ਼ ਲਿਖੀ ਹੋਈ ਹੈ ਜੀ ਇਹ ਤੁਹਾਨੂੰ ਜਿਹੜੀ ਜਾਣਕਾਰੀ ਦਿੱਤੀ ਹੈ ਗੁਰੂ ਸਾਹਿਬ ਦੇ 5ਵੇਂ ਪੁੱਤਰ ਬਾਬਾ ਜੋਰਾਵਰ ਸਿੰਘ ਜੀ ਅਤੇ ਇਸ ਦੇ ਵਿੱਚ ਜਿਹੜਾ ਤੁਹਾਨੂੰ ਇਤਿਹਾਸ ਤੋਂ ਇਹੀ ਪੜ੍ਹ ਕੇ ਮੈਂ ਸਾਰਾ ਕੁਛ ਦੱਸਿਆ ਜੀ ਅਤੇ ਪਿੰਡ ਖਿਜਰਾਬਾਦ ਦੇ ਵਿੱਚ ਜਿਹੜਾ ਉਸੇ ਸਮੇਂ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਜਦੋਂ ਆਏ ਸੀ ਉਦੋਂ ਇੱਕ ਕੁਸ਼ਤੀ ਮੁਕਾਬਲਾ ਕਰਵਾਇਆ ਸੀਗਾ ਜੀ ਉਹ ਅੱਜ ਵੀ ਕਿੰਨੀਆਂ ਸਦੀਆਂ ਹੋ ਗਈਆਂ ਅਤੇ ਉਹ ਅੱਜ ਪਰੰਪਰਾ ਜਾਰੀ ਹੈ ਇੱਥੇ ਕੁਸ਼ਤੀਆਂ
200-300 ਸਾਲ ਤੋਂ, ਜਿਹੜੀਆਂ 300 ਸਾਲ ਤੋਂ ਉਦੋਂ ਦੀਆਂ ਕੁਸ਼ਤੀਆਂ ਉਹਨਾਂ ਦਿਨਾਂ ਦੇ ਵਿੱਚ ਹੁੰਦੀਆਂ। ਔਰ ਇੱਥੋਂ ਹੋਲਾ ਮਹੱਲਾ ਜਿਹੜਾ ਨਿਕਲ ਕੇ ਜਾਂਦਾ ਜੀ, ਉਹ ਅਨੰਦਪੁਰ ਸਾਹਿਬ ਤੋਂ ਭੱਠਾ ਸਾਹਿਬ ਹੋ ਕੇ ਔਰ ਅਨੰਦਪੁਰ ਸਾਹਿਬ ਜਾ ਕੇ ਉਹਦੀ ਸਮਾਪਤੀ ਹੁੰਦੀ ਹੈ ਜੀ। ਇੱਥੇ ਜਿਹੜੇ ਖਿਜ਼ਰਾਬਾਦ ਦੇ ਵਿੱਚ ਦੋ ਗੁਰੂ ਘਰ ਹਨ ਜੀ, ਅਤੇ ਇੱਕ ਤਾਂ ਬਾਬਾ ਜ਼ੋਰਾਵਰ ਸਿੰਘ ਜੀ ਦਾ, ਔਰ ਦੂਸਰੇ ਜਿੱਥੇ ਮਹਾਰਾਜ ਦਾ ਚਰਨ ਛੋਹ ਸਥਾਨ ਹੈ, ਤਪ ਸਥਾਨ, ਦੋ ਇੱਥੇ ਗੁਰੂ ਘਰ ਹਨ ਜੀ ਖਿਜ਼ਰਾਬਾਦ ਦੇ ਵਿੱਚ। ਅਤੇ ਇਹ ਸੀ ਜੀ ਇੱਥੋਂ ਦਾ ਇਤਿਹਾਸ। ਬਾਬਾ ਜ਼ੋਰਾਵਰ ਸਿੰਘ ਜੀ ਪਿੰਡ ਖਿਜ਼ਰਾਬਾਦ ਦੇ ਵਿੱਚ ਆਪਾਂ ਇੱਥੇ ਪਹੁੰਚੇ ਸੀਗੇ, ਗੁਰੂ ਸਾਹਿਬ ਦੇ ਪੰਜਵੇਂ ਪੁੱਤਰ, ਅਤੇ ਇੱਥੇ ਤੁਹਾਨੂੰ ਦਰਸ਼ਨ ਕਰਾਏ। ਤਪ ਸਥਾਨ ਸੀਗਾ ਜੀ, ਔਰ ਮਹਾਰਾਜ ਦਾ ਇੱਥੇ ਚਰਨ ਛੋਹ ਹੋਈ ਹੈ ਉਸ ਸਥਾਨ ਦੇ ਵਿੱਚ ਵੀ ਤੁਹਾਨੂੰ ਲੈ ਕੇ ਚੱਲਾਂਗੇ। ਅਗਲੀ ਵੀਡੀਓ ਦੇ ਵਿੱਚ ਇੱਕ ਹੋਰ ਵੀਡੀਓ ਬਣਨੀ ਹੈ ਜੀ। ਅਤੇ ਇਹ ਸੀਗਾ ਜੀ ਪਿੰਡ ਖਿਜ਼ਰਾਬਾਦ ਦੇ ਵਿੱਚ ਜੀ, ਜੇ ਜਿਹੜਾ ਤੁਹਾਨੂੰ ਇਤਿਹਾਸ ਨਾਲ ਜੋੜਿਆ ਜੀ ਜਾਂ ਨਵੀਂ ਚੀਜ਼ ਤੁਹਾਡੇ ਸਾਹਮਣੇ ਲੈ ਕੇ ਆਈ ਹੈ ਜੀ, ਇਸ ਨੂੰ ਪ੍ਰਵਾਨ ਕਰਨਾ ਜੀ, ਕੋਈ ਗਲਤੀ ਹੋਵੇ ਤਾਂ ਮਾਫ ਕਰਨੀ ਜੀ। ਇਹ ਸੀ ਜੀ ਖਿਜ਼ਰਾਬਾਦ ਦੇ ਵਿੱਚ, ਅਤੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ, ਜੇ ਯੂਟਿਊਬ 'ਤੇ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ, ਅਤੇ ਤਾਂ ਕਿ ਹੌਸਲਾ ਮਿਲਦਾ ਰਹੇ ਅੱਗੇ ਤੋਂ ਅਸੀਂ ਇੱਦਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।